ਗੱਲ ਜੀ, ਅੱਜ ਆਪਾਂ ਗੱਲ ਕਰਨ ਜਾ ਰਹੇ ਹਾਂ। ਬਹੁਤ ਸਟੂਡੈਂਟ ਕਮੈਂਟ ਕਰਦੇ ਆ ਪੇਪਰ ਅਸੀਸ 'ਚ ਹੋਣਾ ਕਿ ਰਵੀ 'ਚ ਹੋਣਾ। ਅੱਜ ਤੋਂ 3 ਸਾਲ ਪਹਿਲਾਂ ਐਸਐਸ ਬੋਰਡ ਨੇ ਨੋਟੀਫਿਕੇਸ਼ਨ ਕੱਢਤਾ ਸੀ, ਉਹਨਾਂ ਦੀ ਵੈਬਸਾਈਟ 'ਤੇ ਹਾਲੇ ਵੀ ਪਿਆ ਹੋਇਆ। ਕਲਰਕ ਦੀਆਂ ਪੋਸਟਾਂ ਹੁਣ ਭਾਵੇਂ ਆਪਣੀਆਂ ਸਟੈਨਾਂ ਦੇ ਹੋਣ, ਪੇਪਰ ਆਪਣਾ ਰਵੀ 'ਚ ਹੋਣਾ। ਜਿਹੜੇ ਸਟੂਡੈਂਟ ਜੋਬ ਲੱਗ ਚੁੱਕੇ ਆ, ਜਿਹਨਾਂ ਨੇ ਮਸ਼ੀਨਾਂ ਦੇ ਪੇਪਰ ਦੇ ਕੇ ਜੋਬ ਲਈ ਸੀ, ਉਹ ਵੀ ਅੱਜ ਰਵੀ ਸਿੱਖਦੇ ਪਏ ਆ। ਪੂਰੇ ਪੰਜਾਬ 'ਚ ਜਿੰਨੇ ਵੀ ਭਾਸ਼ਾ ਭਗਤ ਸੀ ਜਾਂ ਵੈਲਫੇਅਰ ਡਿਪਾਰਟਮੈਂਟ ਹੈਗਾ, ਠੀਕ ਹੈ, ਸੈਨਿਕ ਵੈਲਫੇਅਰ ਹੈਗੇ, ਉਹਨਾਂ ਵਿੱਚ ਹਾਲੇ ਵੀ ਜਿੰਨੇ ਵੀ ਇੰਸਟੀਟਿਊਟ ਹੈਗੇ ਆ, ਆਈ ਟੀ ਆਈ ਹੈਗੀ ਆ, ਸਾਰਿਆਂ ਦੇ ਵਿੱਚ ਰਾਵੀ ਚੱਲ ਰਿਹਾ। ਮਸ਼ੀਨਾਂ ਅਸੀਂ ਵੀ ਦਿਵਾਲੀ 'ਤੇ ਕਬਾੜ 'ਚ ਵੇਚਤੀਆਂ ਸੀਗੀਆਂ, ਸਾਡੇ ਕੋਲ ਕੰਪਿਊਟਰ ਲੱਗੇ ਹੋਏ ਆ, ਠੀਕ ਹੈ, 3 ਸਾਲ ਸਾਨੂੰ ਕੰਪਿਊਟਰ ਚਲਾਉਂਦਿਆਂ ਨੂੰ, ਅਤੇ ਫਿਰ ਵੀ ਸਟੂਡੈਂਟ ਕਈ ਕਮੈਂਟ ਕਰਦੇ ਆ ਵੀ ਪੇਪਰ ਰਾਵੀ 'ਚ ਹੋਏਗਾ ਸੀ 'ਚ ਹੋਏਗਾ। ਕਲੀਅਰਲੀ ਦੱਸ ਰਿਹਾ ਵੀ ਅਸੀਸ ਬਿਲਕੁਲ ਬਣਦਾ ਹੈ ਕਿਸੇ ਵੀ ਡਿਪਾਰਟਮੈਂਟ ਵਿੱਚ। ਰਾਵੀ ਕਿਉਂ ਆਇਆ, ਉਹਦਾ ਕਾਰਨ ਕੀ ਸੀਗਾ, ਜਿੰਨੇ ਵੀ ਆਪਾਂ ਹੁਣ ਕੰਪਿਊਟਰ ਆਪਣੇ ਮੋਬਾਈਲ ਦੇ ਵਿੱਚ ਪੰਜਾਬੀ ਲਿਖਦੇ ਹਾਂ ਉਹ ਰਾਵੀ 'ਚ ਲਿਖੀ ਜਾਂਦੀ ਆ, ਠੀਕ ਹੈ। ਜਿੰਨੀਆਂ ਵੀ ਵੈਬਸਾਈਟਾਂ 'ਤੇ ਕਿਤੇ ਪੰਜਾਬੀ ਤੁਹਾਨੂੰ ਨਜ਼ਰ ਆ ਰਹੀ ਆ, ਜੇ ਯੂਟਿਊਬ 'ਤੇ ਕਿਤੇ ਪੰਜਾਬੀ ਲਿਖੀ ਹੋਏਗੀ ਉਹ ਰਾਵੀ ਫੋਨ 'ਚ ਟੈਪ ਕੀਤੀ ਹੋਈ ਆ। ਅਸੀਸ ਕਿਉਂ ਬੰਦ ਹੋਈ ਆ, ਜਦੋਂ ਆਪਾਂ ਕਿਸੇ ਨੂੰ ਫਾਈਲ ਭੇਜਦੇ ਸੀ ਅਸੀਸ ਵਿੱਚ ਟੈਪ ਕੀਤੀ ਹੋਈ ਅਤੇ ਨਾਲ ਉਹਦਾ ਫੋਨ ਭੇਜਣਾ ਪੈਂਦਾ ਸੀਗਾ ਵੀ ਅਸੀਂ ਇਹ ਅਸੀਸ ਫੋਨ 'ਚ ਟੈਪ ਹੋਈ ਫਾਈਲ ਆ, ਇਹਨੂੰ ਪਹਿਲਾਂ ਫੋਨ ਇੰਸਟਾਲ ਕਰਦੇ ਸੀ ਅਤੇ ਫਿਰ ਉਸ ਫਾਈਲ ਨੂੰ ਖੋਲ੍ਹਦੇ ਸੀਗੇ। ਰਾਵੀ ਯੂਨੀਵਰਸਲ ਆ, ਉਹ ਆਟੋਮੈਟਿਕਲੀ ਉਹਦੇ ਵਿੱਚ ਹੈਗੀ ਆ, ਆਲਰੇਡੀ ਵਿੱਚ ਹੀ ਹੈਗੀ ਉਹਦੇ ਕੰਪਿਊਟਰ ਦੇ ਵਿੱਚ। ਇਸ ਕਰਕੇ ਜਦੋਂ ਵੀ ਕੋਈ ਫਾਈਲ ਤੁਸੀਂ ਸੈਂਡ ਕਰਦੇ ਆ ਉਹ ਆਪਣੇ ਵੀ ਖੁੱਲ੍ਹ ਜਾਣੀ, ਉਹਦੇ 'ਚ ਰਾਵੀ ਨੂੰ ਇੰਸਟਾਲ ਕਰਨ ਦੀ ਲੋੜ ਨਹੀਂ ਪੈਂਦੀ। ਉਹ ਯੂਨੀਵਰਸਲ ਫੋਂਟ ਹੈਗਾ ਜਿਹਦੇ ਵਿੱਚ ਕੋਈ ਵੀ ਆਪਾਂ ਲੈਂਗੁਏਜ ਨੂੰ ਚਲਾ ਸਕਦੇ ਹਾਂ। ਇਸ ਕਰਕੇ ਸਰਕਾਰ ਨੇ ਜਿਹੜਾ ਆਪਣਾ ਕੰਮ ਸਾਰਾ ਹੈਗਾ ਉਹ ਔਨਲਾਈਨ ਕਰਨਾ ਹੈ, ਠੀਕ ਹੈ। ਸਰ ਕੁਛ ਹੁਣ ਫਾਈਲਾਂ ਵਾਲਾ ਕੰਮ ਬੰਦ ਹੋ ਗਿਆ, ਔਨਲਾਈਨ ਹੋਣ ਕਰਕੇ ਇਸ ਰਾਵੀ ਦੀ ਲੋੜ ਪਈ ਹੈ। ਇਸ ਕਰਕੇ ਜਿਹੜੇ ਜੋਬ ਲੱਗੇ ਹੋਏ ਆ ਜਾਂ ਅਗਾਂਹ ਲੱਗਣਗੇ ਉਹਨਾਂ ਦਾ ਕੰਮ ਸਾਰਾ ਰਾਵੀ ਫੋਂਟ ਵਿੱਚ ਹੀ ਹੋਣਾ, ਕੰਪਿਊਟਰ 'ਤੇ ਹੋਣਾ, ਮਸ਼ੀਨਾਂ ਬਿਲਕੁਲ ਬੰਦ ਆ। ਇਸ ਕਰਕੇ ਜਿਹੜੇ ਅਸੀਸ ਕਰਦੇ ਪਏ, ਹਾਲੇ ਕਿ ਅਸੀਸ 'ਤੇ ਕਰਦੇ ਪਏ ਆ, ਮਸ਼ੀਨਾਂ 'ਤੇ ਕਰਦੇ ਪਏ ਆ, ਉਹਨਾਂ ਨੂੰ ਬੇਨਤੀ ਆ ਵੀ ਬੰਦ ਕਰ ਦਿਓ, ਅਤੇ ਨਹੀਂ ਤਾਂ ਮੌਕੇ 'ਤੇ ਪਛਤਾਉਣਾ ਪਊਗਾ, ਠੀਕ ਹੈ। ਡੇਲੀ ਹਰੇਕ ਸਟੂਡੈਂਟ ਕਮੈਂਟ ਕਰਦੇ ਰਹਿੰਦੇ ਆ ਵੀ ਪੇਪਰ ਕਦ 'ਤੇ ਹੋਣਾ ਆ, ਠੀਕ ਆ। ਐਸਐਸ ਬੋਰਡ ਦੀ ਵੈਬਸਾਈਟ 'ਤੇ ਵੀ ਪਿਆ ਹੋਇਆ, ਜੇ ਕਿਸੇ ਨੂੰ ਨਾ ਮਿਲੇ ਤਾਂ ਮੈਨੂੰ ਮੈਸੇਜ ਕਰਕੇ ਮੇਰੇ ਤੋਂ ਮੰਗਵਾ ਲੈਣਾ, ਨੋਟੀਫਿਕੇਸ਼ਨ ਤੁਹਾਨੂੰ ਮੈਂ ਸੈਂਡ ਕਰ ਦੂੰਗਾ। ਕਲਰਕ ਦਾ ਪਹਿਲਾਂ ਪੇਪਰ ਹੋ ਚੁੱਕਿਆ ਰਾਵੀ ਦੇ ਵਿੱਚ, ਠੀਕ ਹੈ। ਉਹ ਤੋਂ ਬਾਅਦ ਐਗਰੀਕਲਚਰ ਦਾ ਹੋਇਆ ਰਾਵੀ ਵਿੱਚ ਹੋਇਆ ਆਪਣਾ ਸਟੈਂਡ ਦਾ, ਮਾਰਕਫਿਟ ਦਾ ਰਾਵੀ ਵਿੱਚ ਹੋਇਆ, ਥਾਪਰ ਵਾਲੇ ਨੇ ਜਿਹੜਾ ਲਿਆ ਸੀ ਉਹ ਵੀ ਰਾਵੀ ਵਿੱਚ ਹੋਇਆ। ਜਿਹੜਾ ਨੈਕਸਟ ਹੁਣ ਆਪਣਾ ਵਿਧਾਨ ਸਭਾ ਦਾ ਹੋਣਾ ਹੈ ਉਹਦੇ ਵਿੱਚ ਵੀ ਰਾਵੀ ਦੇ ਪੇਪਰ ਹੋਣਾ ਆ, ਅਤੇ ਜਿਹੜਾ ਹੈਗਾ ਐਸਐਸ ਬੋਰਡ ਦਾ ਆਏਗਾ ਉਹਦੇ ਵਿੱਚ ਵੀ ਪੇਪਰ ਆਪਣਾ ਰਾਵੀ ਪੁਆਇੰਟ ਵਿੱਚ ਹੀ ਹੋਣਾ ਹੈ। ਕਲੈਰੀਕਲ ਦੀ ਤਿਆਰੀ ਵਾਸਤੇ 300 ਵਰਡ ਦਾ ਪੈਰਾ, 300 ਵਰਡ ਦਾ ਪੈਰਾ 10 ਮਿੰਟ ਟਾਈਪ ਕਰਨਾ ਹੋਊਗਾ। ਸ਼ੋਰਟਨ ਵਾਸਤੇ 400 ਵਰਡ ਦਾ ਪੈਰਾ 20 ਮਿੰਟਾਂ ਵਿੱਚ ਟਾਈਪ ਕਰਨਾ ਹੋਊਗਾ, ਠੀਕ ਹੈ। ਉਹਦੇ ਅਕੋਰਡਿੰਗ ਤੁਸੀਂ ਤਿਆਰੀ ਕਰਨੀ ਹੈ, ਠੀਕ ਹੈ ਜੀ।